ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੂਹਾਨੀਅਤ ਦੇ ਕੇਂਦਰ ਦੇ ਦਰਸ਼ਨ ਇਸ਼ਨਾਨ ਕਰਨ ਵਾਸਤੇ ਰੋਜ਼ਾਨਾ ਲੱਖਾਂ ਪ੍ਰਾਣੀ ਆਉਂਦੇ ਨੇ ਸ਼ਰਧਾ ਸਤਿਕਾਰ ਭੇਟ ਕਰਨ ਵਾਸਤੇ, ਉਹਨਾਂ ਦੀ ਸਹੂਲਤ ਵਾਸਤੇ, ਸਰੀਰਕ ਲੋੜਾਂ ਦੀ ਪੂਰਤੀ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਬਾਥਰੂਮ ਜਿਹੜੇ ਨੇ, ਟਾਇਲਟ ਬਲਾਕਸ ਜਿਹੜੇ ਨੇ ਪਹਿਲਾਂ ਬਣਾਏ ਗਏ ਸੀ, ਪਰ ਰਾਇਲ ਕਿੰਗ ਸੇਵਾ ਫਾਊਂਡੇਸ਼ਨ ਟਰੱਸਟ ਲੁਧਿਆਣਾ ਵੱਲੋਂ, ਖਾਸ ਕਰਕੇ ਸਰਦਾਰ ਦਲਬੀਰ ਸਿੰਘ ਜੀ, ਸਰਦਾਰ ਅਵਤਾਰ ਸਿੰਘ ਜੀ ਬੈਂਕਾਕ ਤੋਂ, ਇਹਨਾਂ ਨੇ ਪਰਿਵਾਰਕ ਤੌਰ 'ਤੇ ਅਤੇ ਸੰਗਤੀ ਰੂਪ ਦੇ ਵਿੱਚ ਸੰਗਤਾਂ ਦੀ ਸਹੂਲਤ ਵਾਸਤੇ ਬਹੁਤ ਸ਼ਾਨਦਾਰ ਟਾਇਲਟ ਬਲਾਕਸ ਬਣਾਏ ਆ। ਇਹਨਾਂ ਦੇ ਵਿੱਚ ਹਰ ਤਰ੍ਹਾਂ ਦੀ ਉਹ ਸਹੂਲਤ ਮੌਜੂਦ ਆ ਜੋ ਅੰਤਰਰਾਸ਼ਟਰੀ ਏਅਰਪੋਰਟਾਂ 'ਤੇ ਹੁੰਦੀ ਆ। ਖਾਸ ਕਰਕੇ ਅੱਜ ਕੱਲ੍ਹ ਜਿਹੜੇ ਛੋਟੇ ਬੱਚੇ ਆਉਂਦੇ ਆ ਉਹਨਾਂ ਨੂੰ ਡਾਇਪਰ ਜਨਾਨੀਆਂ ਲਾਉਂਦੀਆਂ ਨੇ, ਡਾਇਪਰ ਚੇਂਜ ਕਰਨ ਲਈ ਵੀ ਕਿਤੇ ਜਗ੍ਹਾ ਨਹੀਂ ਸੀ ਹੈਗੀ, ਇਹਨਾਂ ਨੇ ਡਾਇਪਰ ਚੇਂਜ ਕਰਨ ਦਾ ਵੀ ਪ੍ਰਬੰਧ ਕੀਤਾ ਵਾ। ਦੇਖਣ ਨੂੰ ਇਹ ਬਹੁਤ ਛੋਟਾ ਕਾਰਜ ਲੱਗਦਾ ਵਾ, ਪਰ ਇਹ ਬਹੁਤ ਵੱਡੀ ਸੇਵਾ ਵਾ ਜਿਹੜੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਰਾਇਲ ਕਿੰਗ ਫਾਊਂਡੇਸ਼ਨ ਟਰੱਸਟ ਲੁਧਿਆਣਾ ਪਾਸੋਂ ਲਈ ਆ। ਇਹਨਾਂ ਨੇ ਇਹ ਸੇਵਾ 2007 ਸ਼ੁਰੂ ਕੀਤੀ ਸੀ, ਇਹ ਥੋੜ੍ਹੇ ਖਰਾਬ ਹੋ ਗਏ ਸੀ ਅਤੇ ਇਹਨਾਂ ਦੀ ਰੈਨੋਵੇਸ਼ਨ ਦਾ ਕਾਰਜ ਜਿਹੜਾ ਸੀ ਉਹ ਆਰੰਭ ਕਰਾਇਆ ਗਿਆ ਸੀ। ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੀ ਮਿਹਰ ਦਾ ਹੱਥ ਰੱਖ ਕੇ ਇਹਨਾਂ ਕੋਲ ਇਹ ਕਾਰਜ ਐਡਾ ਵਧੀਆ ਕਰਾਇਆ ਵਾ ਕਿ ਇਸ ਤਰ੍ਹਾਂ ਦੇ ਲੈਟਰਿਨ ਬਾਥਰੂਮ ਤੁਹਾਨੂੰ ਅੰਤਰਰਾਸ਼ਟਰੀ ਏਅਰਪੋਰਟਾਂ 'ਤੇ ਵੀ ਨਹੀਂ ਮਿਲਣਗੇ। ਇਹਦੇ 'ਚ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਗਈ ਆ। ਖਾਸ ਕਰਕੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਸਿੱਖ ਧਰਮ ਦੇ ਵਿੱਚ ਸੇਵਾ ਦੀ ਬਹੁਤ ਪ੍ਰਧਾਨਤਾ ਵਾ। ਘੋੜਿਆਂ ਦੀ ਲਿੱਧ ਹਟਾਉਣ ਵਾਲੇ ਜੱਸਾ ਸਿੰਘ ਆਲੂਵਾਲੀਏ ਨੂੰ ਸਿੱਖ ਕੌਮ ਨੇ ਪਾਤਸ਼ਾਹੀ ਬਖਸ਼ ਦਿੱਤੀ ਸੀ, ਸੁਲਤਾਨਾਂ ਨੂੰ ਕੌਮ ਦਾ ਖਿਤਾਬ ਬਖਸ਼ ਦਿੱਤਾ ਸੀ। ਉਹ ਸੇਵਾ ਜੇ ਆਪਾਂ ਸੋਚੀਏ ਕਿ ਘੋੜਿਆਂ ਦੇ ਤਬੇਲਿਆਂ ਦੀ ਸੇਵਾ, ਘੋੜਿਆਂ ਦੀ ਸੇਵਾ, ਪਰ ਉਹ ਸੇਵਾ ਕਰਕੇ ਸਿੱਖ ਕੌਮ ਦੇ ਆਗੂ ਹੋਣ ਦਾ ਮਾਣ ਸਤਿਕਾਰ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਮਿਲਿਆ ਸੀ। ਮੇਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ 'ਤੇ ਅਰਦਾਸ ਆ ਕਿ ਇਸ ਟਰੱਸਟ ਨੂੰ, ਇਸ ਟਰੱਸਟ ਦੇ ਅਧਿਕਾਰੀਆਂ ਨੂੰ ਸੇਵਾ ਸਿਮਰਨ ਦੀ ਦਾਤ ਬਖਸ਼ਣ, ਨਾਮਦਾਨ ਅਤੇ ਚਰਨਾਂ ਦੀ ਪ੍ਰੀਤੀ ਬਖਸ਼ਣ, ਹਮੇਸ਼ਾ ਚੜ੍ਹਦੀ ਕਲਾ ਬਖਸ਼ਣ, ਆਪਣੇ ਦਰ ਦਾ ਭਰੋਸਾ ਬਖਸ਼ਣ, ਇਸ ਦਰ 'ਤੇ ਆਣ ਕੇ ਹਮੇਸ਼ਾ ਸੇਵਾ ਸਿਮਰਨ ਕਰਕੇ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।